ਆ ਨੌਜਵਾਨ ਦਾ ਕਹਿੰਦੇ ਸੰਧਵਾ ਪਿੰਡ ਹੈ, ਇਹ ਹੈ ਸ਼ੰਕਰ ਸੰਧਵਾ ਵਾਲਾ ਜਿਹਨੇ ਵੱਧ ਕੇ ਕਬੱਡੀ ਪਾਈ ਹੈ। ਉਧਰ ਚਿੱਟੀ ਉੱਕੀ ਲੱਲੀਆਂ ਮੱਲੀਆਂ ਰਸੂਲਪੁਰ ਇਹ ਨਕੋਦਰ ਦੇ ਲਾਗੇ ਲਾਗੇ ਪਿੰਡ ਆ, ਤੇ ਚਿੱਟੀ ਵਾਲੇ ਨੇ ਕਹਿੰਦੇ ਵੱਡੇ ਵੱਡੇ ਫੜੇ ਆ। ਹੁਣ ਸਾਰੇ ਰਾਹ ਭੰਡ ਕਰਦੇ ਵੀ ਭੱਜੋ ਮਾਸੀ ਦਾ ਪੁੱਤਾ ਕਿੱਧਰ ਨਹੀਂ ਭੱਜਦਾ, ਇਹ ਚਿੱਟੀ ਵਾਲਾ ਜੱਗਾ ਜਿਹਨੇ ਬੱਲੇ ਬੱਲੇ ਕਰਵਾ ਕੇ। ਜਦੋਂ ਮਾਨ ਸਿੰਘ ਕਹਿੰਦੇ ਮੈਨੇ ਆ ਤੇ ਫਿਰ ਨਿੱਕੇ ਨਿੱਕੇ ਬੱਚੇ ਨੂੰ ਪਤਾ ਲੱਗ ਜਾਂਦਾ ਵੀ ਆਹਦੇ ਦਿੜਬੇ ਵਾਲਾ ਹੈ, ਇੱਕ ਤੂਫਾਨ ਬਣ ਕੇ ਕਹਿੰਦੇ ਕਬੱਡੀ ਨੂੰ ਟੱਕਰਿਆ, ਇਹ ਹੈ ਮਾਨ ਸਿੰਘ ਦਿੜਬੇ ਵਾਲਾ। ਤੇ ਦਿੜਬਾ ਪਿੰਡ ਘਮਾਣਾ ਦਾ ਮੇਰਾ ਪੂਰਾ ਨਾਂ ਜਰਨੈਲ, ਕਿਤੇ ਜਰਨੈਲ ਦੀਆਂ ਗੱਲਾਂ ਚੱਲੀਆਂ। ਤੇ ਉਧਰ ਕਹਿੰਦੇ ਚਿੱਟੀ ਵਾਲਾ ਜੱਗਾ, ਤੇ ਅੱਜ ਕਹਿੰਦੇ ਕਮਾਲ ਹੀ ਕਰੀ ਜਾਂਦਾ। ਹੁਣ ਮਾਨ ਸਿੰਘ ਨੂੰ ਪਤਾ ਨਹੀਂ ਲੱਗਦਾ ਵੀ ਢੇਰੀਆਂ ਕਿਹੜੇ ਪਾਸੇ ਹੈ, ਨਾ ਚਿੱਟੀ ਵਾਲੇ ਨੇ ਕਹਿੰਦੇ ਕਮਾਲ ਕਰ ਦਿੱਤੀ ਚਿੱਟੀ ਵਾਲੇ ਜੱਗ। ਬਹੁਤ ਹੀ ਸ਼ੰਕਰ ਸੰਧਵਾ ਹੰਧਿਆ ਵੱਲ ਵਧਦਾ ਹੋਇਆ ਪਾਉਂਦਾ ਹੋਇਆ ਰੇਡ, ਅੱਗੇ ਵੱਜਦੀਆਂ ਹੋਈਆਂ ਪੱਟਾ ਤੇ ਥਾਪੀਆਂ, ਕਹਿੰਦੇ ਜੱਗਾ ਚਿੱਟੀ। ਇਸ ਵੇਲੇ ਦੇਖਦੇ ਕੌਣ ਪੈਂਦਾ ਗੱਭਰੂ ਮੋਹਰੇ ਹੋ ਕੇ ਚੋਹਾ ਜਾਫੀਆਂ ਦੇ ਵਿੱਚੋਂ। ਜੱਗੇ ਚਿੱਟੀ ਦਾ ਪਹਿਲਾਂ ਹੀ ਲੱਗਦਾ ਸੀ ਵੀ ਵੱਧ ਕੇ ਜ਼ਰੂਰ ਪਊਗਾ, ਬਹੁਤ ਵਧੀਆ ਜਾਫੀ। ਇਸ ਵੇਲੇ ਮੈਦਾਨ ਦੇ ਵਿੱਚ ਕਹਿੰਦੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲ ਜੁੜਦਾ ਹੋਇਆ ਇੱਕ ਹੋਰ ਪੁਆਇੰਟ ਪਰ ਪਾਉਂਦਾ ਹੋਇਆ ਲਵਪ੍ਰੀਤ ਸਿੰਘ ਨੀਨਾ ਪਾਉਂਦਾ ਹੋਇਆ ਕਬੱਡੀ, ਕਹਿੰਦੇ ਇਸ ਵੇਲੇ ਹਲਕੀ ਹਲਕੀ ਮਾਰਦਾ ਹੋਇਆ ਥਾਪੀ, ਥੋੜਾ ਜਿਹਾ ਸੂਰਜ ਦੀ ਨੇ ਵੀ ਸੂਰਜ ਨੇ ਵੀ ਚਮਕ ਮਾਰੀ ਆ ਬੱਦਲਾਂ ਦੇ ਵਿੱਚੋਂ। ਇਸ ਵੇਲੇ ਜੱਗਾ ਚਿੱਟੀ ਵਾਲਾ ਫੰਡ ਦੀ ਕੋਸ਼ਿਸ਼ ਦੇ ਵਿੱਚ ਬਹੁਤ ਵਧੀਆ ਚੱਲਦੇ ਹੋਏ ਮੁਕਾਬਲੇ ਵਿੱਚ, ਕੌਣ ਮੱਲ ਮਾਰਦਾ ਹੰਦਿਆਂ ਕੋਲ ਚੱਲਦੇ ਮੁਕਾਬਲੇ ਦੇ ਵਿੱਚ ਲੱਭ ਜੱਗੇ ਚਿੱਟੀ ਵਾਲੇ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਤਰਫ ਪੁਆਇੰਟ ਜੋੜ ਦਿੱਤਾ ਹੈ। ਚੰਦਰਪਾਲ ਧਾਰੀਵਾਲ ਦੀ ਗੱਲ ਕਰਨਗੇ ਖੇਡਿਆ ਤੇ ਆਹ 2018 ਦੇ ਸੀਜ਼ਨ ਤੇ ਤਕੜਾ ਜਫਾ ਲਾ ਕੇ